ਅੱਜ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਨਾਨਕ ਨਾਮ ਲੇਵਾ ਸਾਰੀਆਂ ਸੰਗਤਾਂ ਦਾ ਅਸੀਂ ਇੱਕ ਵੱਡਾ ਸੰਮੇਲਨ ਜਿਹੜਾ ਹੈ ਉਹ ਰੱਖਿਆ ਹੈ, ਜਿਹਦੇ ਵਿੱਚ ਸਾਰੇ ਨਾਨਕ ਨਾਮ ਲੇਵਾ ਆ ਰਹੇ ਨੇ, ਉਦਾਸੀ, ਸਿੰਧੀ ਅਤੇ ਬਾਕੀ ਜਿਹੜੀਆਂ ਹੋਰ ਬਾਕੀ ਸੰਪਰਦਾਵਾਂ ਨੇ ਜਿਵੇਂ ਬਨਜਾਰੇ ਅਤੇ ਸਿਗਲੀਗਰ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖ ਵੱਖ ਸੰਪਰਦਾਵਾਂ ਨੇ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨਾਲ ਜੁੜੀਆਂ ਹੋਈਆਂ ਨੇ, ਜਿਹੜੇ ਨਾਨਕ ਨਾਮ ਲੇਵਾ ਨੇ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਅੱਜ ਇੱਥੇ ਆ ਰਹੇ, ਵੱਡਾ ਜਿਹੜਾ ਸਮਾਗਮ ਜਿਹੜਾ ਅੱਜ ਇੱਥੇ ਹੋ ਰਿਹਾ ਹੈ। ਸੋ ਮੈਂ ਸਮਝਦਾ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ 550 ਸਾਲ ਦਾ ਪ੍ਰਕਾਸ਼ ਪੁਰਬ ਹੈ, ਸਾਨੂੰ ਸਾਰਿਆਂ ਨੂੰ ਇਹ ਮਿਲ ਕੇ ਮਨਾਉਣਾ ਚਾਹੀਦਾ। ਸਾਡੀ ਜ਼ਿੰਦਗੀ ਦੇ ਵਿੱਚ ਇਹ ਆਇਆ ਹੈਗਾ, ਅਸੀਂ ਭਾਗਾਸ਼ਾਲੀ ਹਾਂ ਕਿ ਅਸੀਂ ਸਾਡੀ ਜਿਹੜੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਇੱਕੋ ਹੀ ਸਟੇਜ ਦੇ ਉੱਤੇ ਇੱਕੋ ਥਾਂ ਦੇ ਉੱਤੇ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਇਹ ਪੁਰਬ ਨੂੰ ਮਨਾਉਣਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਆਦੇਸ਼ ਹੋਇਆ ਕਿ ਸਾਰੀਆਂ ਸੰਗਤਾਂ ਰਲ ਮਿਲ ਕੇ ਜਿਹੜੀਆਂ ਨੇ ਮਨਾਉਣ, ਇੱਕੋ ਸਟੇਜ ਦੇ ਉੱਤੇ ਮਨਾਉਣ। ਇਹਦੇ ਸੰਬੰਧ ਵਿੱਚ ਉਹਨਾਂ ਨੇ ਇੱਕ ਮੈਨੂੰ ਆਦੇਸ਼ ਵੀ ਦਿੱਤਾ ਸੀ ਕਿ ਇੱਕ ਤਾਲਮੇਲ ਕਮੇਟੀ ਹੈ ਜਿਹੜੀ ਉਹ ਬਣਾਈ ਜਾਵੇ। ਉਹ ਤਾਲਮੇਲ ਕਮੇਟੀ ਮੈਂ 5 ਮੈਂਬਰੀ ਉਹ ਕਮੇਟੀ ਬਣਾਈ ਹੈ, ਜਿਹਦੇ ਵਿੱਚ 2 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਏ ਨੇ ਔਰ 2 ਮੈਂਬਰ ਜਿਹੜੇ ਨੇ ਉਹ ਸਰਕਾਰ ਤੋਂ ਮੰਗ ਕੀਤੀ ਆ ਵੀ ਉਹਨਾਂ ਤੋਂ ਲਏ ਜਾਣ, ਅਤੇ 1 ਮੈਂਬਰ ਸਾਰਾ ਕੁਝ ਸਿੱਖ ਵਿਦਵਾਨ ਵੱਡੀ ਹਸਤੀ ਹੈ ਜਿਹੜੀ ਉਹ ਲਈ ਹੈ, ਸੰਤ ਬਾਬਾ ਹਰੀਆਂ ਬੇਲਾਂ ਵਾਲੇ ਜੇ ਬਾਬਾ ਨਿਹਾਲ ਸਿੰਘ ਜੀ ਉਹ ਲਏ ਨੇ। ਅਤੇ ਇਸ ਕਰਕੇ ਸਾਡੀਆਂ ਪਿਛਲੇ ਲੰਮੇ ਸਮੇਂ ਤੋਂ ਤਕਰੀਬਨ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਔਰ 4 ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਨੇ। 2 ਮੀਟਿੰਗਾਂ 'ਚ ਪੰਜਾਬ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ, ਲੇਕਿਨ 2 ਮੀਟਿੰਗਾਂ ਦੇ ਪਿਛਲੀਆਂ 'ਚ ਉਹ ਆਏ ਸੀ। ਇੱਕ ਵਾਰੀ ਰੰਧਾਵਾ ਸਾਹਿਬ ਜਿਹੜੇ ਉਹਨਾਂ ਕੈਬਨਿਟ ਮੰਤਰੀ ਉਹ ਆਏ ਸੀ ਔਰ ਜਿਹੜੀ ਪਿਛਲੀ ਮੀਟਿੰਗ ਜਿਹੜੀ ਹੋਈ ਹੈ 4 ਤਰੀਕ ਨੂੰ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਕੈਬਨਿਟ ਮੰਤਰੀ ਉਹ ਵੀ ਆਏ ਸਨ। ਅਸੀਂ ਵੀ ਇਹੀ ਬੇਨਤੀ ਕੀਤੀ ਸੀ ਕਿ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਧਰਮ ਨੁਮਾਇੰਦਾ ਜਮਾਤ ਹੈ, ਸਾਡਾ ਆਪਣਾ ਫਰਜ਼ ਬਣਦਾ ਹੈ, ਸਾਡੀ ਆਪਣੀ ਡਿਊਟੀ ਹੈ। ਹਮੇਸ਼ਾ ਹੁਣ ਤੱਕ ਜਿੰਨੀਆਂ ਵੀ ਸ਼ਤਾਬਦੀਆਂ ਆਈਆਂ ਨੇ ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਮਨਾਈਆਂ ਗਈਆਂ ਨੇ ਔਰ ਜਿਹੜੀ ਸਟੇਜ ਦਾ ਪ੍ਰਬੰਧ ਅਤੇ ਹੋਰ ਸਾਰੇ ਪ੍ਰਬੰਧ ਧਾਰਮਿਕ ਪ੍ਰਬੰਧ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਕਰਦੀ ਆ ਰਹੀ ਹੈ। ਪਿਛਲੇ ਸ਼ਤਾਬਦੀਆਂ ਦਾ ਇਤਿਹਾਸ ਦੇਖ ਲਓ ਤੁਸੀਂ, ਜੋ ਸ਼੍ਰੋਮਣੀ ਕਮੇਟੀ ਵੱਲੋਂ ਜਿਸ ਸ਼ਤਾਬਦੀਆਂ ਜਿਹੜੀਆਂ ਮਨਾਈਆਂ ਉਹਦੇ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਜਦੋਂ ਪਿਛਲੀ ਟਰਮ ਦੇ ਵਿੱਚ 2 ਸ਼ਤਾਬਦੀਆਂ ਇਹਨਾਂ ਦੇ ਸਮੇਂ ਦੌਰਾਨ ਵੀ ਆਈਆਂ ਸੀਆਂ, ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ ਆਏ ਸਨ। ਡਾਕਟਰ ਮਨਮੋਹਨ ਸਿੰਘ ਜੀ ਉਦੋਂ ਪ੍ਰਾਈਮ ਮਿਨਿਸਟਰ ਸੀ, ਉਹ ਵੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ ਆਏ ਸਨ। ਸੋ ਅੱਜ ਵੀ ਅਸੀਂ, ਮੈਂ ਖੁਦ ਜਿਹੜਾ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਕੇ ਆਇਆ ਕਿ ਤੁਸੀਂ ਸਾਡੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰਦੁਆਰਾ ਬੇਰ ਸਾਹਿਬ ਦੀ ਜਿਹੜੀ ਸਟੇਜ ਹੈਗੀ ਉਹ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਲਾਈ ਜਾ ਰਹੀ ਹੈ, ਉੱਥੇ ਸਾਰੇ ਆਓ। ਉੱਥੇ ਵਾਸਤੇ ਹੀ ਅਸੀਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਸੱਦਾ ਦਿੱਤਾ ਔਰ ਉੱਥੇ ਵਾਸਤੇ ਹੀ ਅਸੀਂ ਰਾਸ਼ਟਰਪਤੀ ਜੀ ਨੂੰ, ਭਾਰਤ ਦੇ ਰਾਸ਼ਟਰਪਤੀ ਨੂੰ ਸੱਦਾ ਦੇ ਕੇ ਆਇਆ, ਵੱਖ ਵੱਖ ਸਟੇਟਾਂ ਦੇ ਮੁੱਖ ਮੰਤਰੀ ਇਹਨੂੰ ਸੱਦਾ ਦੇ ਰਹੇ ਹਾਂ। ਸੋ ਅਸੀਂ ਇਹੀ ਬੇਨਤੀ ਕੀਤੀ ਹੈ ਕਿ ਸਾਡਾ ਹਮੇਸ਼ਾ ਯਤਨ ਵੀ ਹਮੇਸ਼ਾ ਅਖੀਰ ਤੱਕ ਅਸੀਂ ਕਰਾਂਗੇ ਕਿ ਇੱਕੋ ਸਟੇਜ ਜਿਹੜੀ ਹੈ ਉਹ ਲਾਈ ਜਾ। ਨਹੀਂ ਆਇਆ, ਉਹ ਮੀਟਿੰਗਾਂ ਵਿੱਚ ਡਿਸਕਸ ਕਰਦੇ ਰਹੇ ਨੇ, ਕਹਿੰਦੇ ਵੀ ਰਹੇ ਨੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਿਹੜਾ ਅਸੀਂ ਗੱਲ ਕਰਾਂਗੇ, ਪੂਰੀ ਕਨਵਿੰਸ ਹੋ ਕੇ ਜਾਂਦੇ ਰਹੇ ਨੇ। ਜਦੋਂ ਸਾਰੀਆਂ ਅਸੀਂ ਗੱਲਾਂ ਉਹਨੂੰ ਦੱਸਦੇ ਸੀ, ਉਹ ਅੱਗੇ ਕਹਿੰਦੇ ਸੀ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਫਿਰ ਤੁਹਾਡੇ ਨਾਲ ਗੱਲ ਕਰਾਂਗੇ, ਲੇਕਿਨ ਅਜੇ ਤੱਕ ਸਾਡੇ ਕੋਲ ਕੋਈ ਉਹਨਾਂ ਦਾ ਮੈਸੇਜ ਨਹੀਂ ਪਹੁੰਚਿਆ। ਯਤਨ ਅਖੀਰ ਤੱਕ ਰੱਖਾਂਗਾ ਕਿ ਅੱਜ ਵੀ ਮੇਰਾ ਪੂਰਾ ਯਤਨ ਹੈ ਅਤੇ ਕਿ ਸਾਡਾ ਇੱਕੋ ਹੀ ਸਟੇਜ ਹੋਵੇ, ਇੱਕ ਥਾਂ 'ਤੇ ਅਸੀਂ ਬੈਠ ਕੇ, ਉੱਥੇ ਭਾਰਤ ਸਰਕਾਰ ਹੋਵੇ, ਉੱਥੇ ਪੰਜਾਬ ਸਰਕਾਰ ਹੋਵੇ, ਉੱਥੇ ਵੱਖ ਵੱਖ ਸਾਡੀਆਂ ਜਥੇਬੰਦ ਸਿੱਖ ਜਥੇਬੰਦੀਆਂ ਹੁਣ ਸਾਰੀਆਂ, ਕਿਉਂਕਿ ਗੁਰਦੁਆਰਾ ਬਾਬਾ ਬੇਰ ਸਾਹਿਬ ਦੀ ਇੱਕੋ ਹੀ ਸਟੇਜ ਹੈ। ਸੋ ਹਮੇਸ਼ਾ ਸਾਡੀ ਰਵਾਇਤੀ ਜਿਹੜੀਆਂ ਇੱਕੋ ਹੀ ਸਟੇਜ ਲੱਗਦੀ ਹੈ, ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹਦਾ ਉਹ ਆਪਣੀ ਡਿਊਟੀ ਹੈ, ਸਾਡਾ ਆਪਣਾ ਫਰਜ਼ ਹੈ, ਹਮੇਸ਼ਾ ਅਸੀਂ ਸਟੇਜ ਲਾਉਂਦੇ ਰਹੇ, ਉੱਥੇ ਸਾਰੇ ਆਉਂਦੇ ਰਹੇ ਨੇ।
ਹੁਣ ਵੀ ਅਸੀਂ ਵਾਰ ਵਾਰ ਬੇਨਤੀ ਕਰ ਰਹੇ ਹਾਂਗੇ ਵੀ ਪੰਜਾਬ ਸਰਕਾਰ ਨੂੰ ਵੀ ਉਸੇ 'ਤੇ ਆਓ ਸਾਰੇ ਜਾਣੇ, ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ, ਕਿਸੇ ਦੀ ਸ਼ਿਕਾਇਤ ਨਹੀਂ ਆਉਣੀ। ਨਾਲੇ ਕਹਿੰਦੇ ਜੀ ਕਿਸੇ ਅਕਾਲੀ ਦਲ ਦਾ ਕਬਜ਼ਾ ਨਹੀਂ ਕਿਸੇ ਹੋਰ ਦਾ, ਜੀ ਸਿਰਫ ਧਾਰਮਿਕ ਸਟੇਜ ਆ, ਉੱਥੇ ਸਾਰੀਆਂ ਸਿਆਸੀ ਜਥੇਬੰਦੀਆਂ ਆਉਣਗੀਆਂ, ਸਾਰੀਆਂ ਧਾਰਮਿਕ ਜਥੇਬੰਦੀਆਂ ਆਉਣਗੀਆਂ, ਸਾਰਿਆਂ ਦਾ ਮਾਣ ਸਨਮਾਨ ਕੀਤਾ ਜਾਵੇਗਾ। ਕੋਈ ਐਸੀ ਗੱਲ ਅਸੀਂ ਸ਼ਿਕਾਇਤ ਨਹੀਂ ਆਉਣ ਦੇਵਾਂਗੇ ਕਿ ਕਿਸੇ ਐਸੀ ਕੋਈ ਕਿਸੇ ਨਾਲ ਵਖਰੀਆਂ ਕਰਾਂਗੇ।